ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਬੀਤੇ ਦਿਨੀ ਸ੍ਰੀ ਮੁਕਤਸਰ ਸਾਹਿਬ ਵਿਖੇ ਬਜ਼ੁਰਗ ਜੋੜੇ ਵਿੱਚੋਂ ਮਾਤਾ ਦੀ ਹੋਈ ਸੀ ਮੌਤ। ਸੱਚ ਜਾਣ ਕੇ, ਮੌਤ ਦਾ ਅਸਲ ਸੱਚ ਜਾਣ ਕੇ ਰਹਿ ਜਾਓਗੇ ਤੁਸੀਂ ਵੀ ਹੈਰਾਨ। ਮੁਕੱਦਮਾ ਦਰਜ ਹੋਣ ਤੋਂ ਬਾਅਦ ਜਿਹੜੀ ਇਹਦੀ ਇਨਵੈਸਟੀਗੇਸ਼ਨ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਜਿਹੜਾ ਇਹਦਾ ਕਤਲ ਆ ਇਹਦੇ ਪਤੀ ਨੇ ਹੀ ਕੀਤਾ ਹੈਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਤੁਸੀਂ ਸਭ ਖੂਬੀ ਜਾਣਦੇ ਹੋ ਕਿ 27-28 ਤਰੀਕ ਦੀ ਦਰਮਿਆਨੀ ਰਾਤ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਇੱਕ ਬਜ਼ੁਰਗ ਜੋੜੇ ਦੇ ਵਿੱਚੋਂ ਮਹਿਲਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਬਹੁਤ ਬੇਰਹਿਮੀ ਦੇ ਨਾਲ ਮਹਿਲਾ ਦਾ ਕਤਲ ਕੀਤਾ ਗਿਆ ਸੀ ਤੇ ਹੁਣ ਕਤਲ ਦੀ ਇਸ ਗੁੱਥੀ ਨੂੰ ਸੁਲਝਾ ਲਿੱਤਾ ਗਿਆ ਹੈ। ਸ੍ਰੀ ਮੁਕਤਸਰ ਸਾਹਿਬ ਦੇ SP ਮਨਵਿੰਦਰ ਵੀਰ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਕਤਲ ਦੀ ਸਾਰੀ ਸੱਚਾਈ ਬਿਆਨ ਕੀਤੀ ਕਿ ਇਸ ਔਰਤ ਦਾ ਕਤਲ ਉਸੇ ਦੇ ਹੀ ਪਤੀ ਨੇ ਕੀਤਾ ਸੀ, ਕਿਉਂਕਿ ਉਸ ਦੇ ਪਤੀ ਨੂੰ ਇਸ ਮਹਿਲਾ ਦੇ ਚਰਿੱਤਰ ਦੇ ਉੱਤੇ ਸ਼ੱਕ ਸੀ, ਜਿਸ ਸ਼ੱਕ ਦੇ ਚੱਲਦਿਆਂ ਉਸ ਨੇ 27-28 ਅਗਸਤ ਦੀ ਦਰਮਿਆਨੀ ਰਾਤ ਨੂੰ ਕੈਂਚੀ ਅਤੇ ਕੁਲਹਾੜੀ ਦੇ ਨਾਲ ਵਾਰ ਕਰ ਕਰਕੇ ਆਪਣੀ ਹੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਬਾਅਦ ਵਿੱਚ ਉਸ ਦੇ ਕਤਲ ਦਾ ਝੂਠਾ ਨਾਟਕ ਕੀਤਾ ਗਿਆ। ਪੁਲਿਸ ਨੇ ਵਾਰਦਾਤ ਵਿੱਚ ਵਰਤੀ ਗਈ ਕੈਂਚੀ ਅਤੇ ਕੁਲਹਾੜੀ ਵੀ ਬਰਾਮਦ ਕਰ ਲਈ ਹੈ। SP ਨੇ ਦੱਸਿਆ ਕਿ ਮਾਮਲੇ ਨੂੰ ਪੂਰੀ ਤਰ੍ਹਾਂ ਸਮਝਣ ਵਾਸਤੇ ਹੁਣ ਆਰੋਪੀ ਦੀ ਰਿਮਾਂਡ ਲਿੱਤੀ ਜਾਵੇਗੀ ਅਤੇ ਰਿਮਾਂਡ ਲੈ ਕੇ ਹੋਰ ਕੜੀ ਪੁੱਛਗਿੱਛ ਕੀਤੀ ਜਾਵੇਗੀ, ਜਿਸ ਵਿੱਚ ਹੋਰ ਵੀ ਕਈ ਪੱਖ ਸਪਸ਼ਟ ਹੋ ਸਕਣਗੇ। ਜਿਹੜੀ 27-28 ਤਰੀਕ ਨੂੰ ਸਾਡੇ ਥਾਣਾ ਬਰੀਵਾਲ ਦੇ ਵਿੱਚ ਇੱਕ ਰਾਤ ਨੂੰ ਫੋਨ ਆਇਆ ਕਿ ਜਿਹੜੇ ਮਾਨ ਸਿੰਘ ਪਿੰਡ ਵਾਲਾ ਹੈ, ਮਾਨ ਸਿੰਘ ਪਿੰਡ ਦੇ ਵਿੱਚ ਜੇ ਕਤਲ ਤੋਂ ਬਾਅਦ ਜਿਹੜੀ ਸਾਡੇ SHO ਬਰੀਵਾਲਾ ਮੈਡਮ, DSP ਮੁਕਤਸਰ, DSP ਡੀ ਸਮੇਤ ਇੰਸਪੈਕਟਰ ਸ਼ਿੰਦਰਵਾਲ ਮੌਕੇ 'ਤੇ ਪੁੱਜ ਕੇ ਜਿਹੜੀ ਉੱਥੇ ਪੜਤਾਲ ਕੀਤੀ। ਜਿਹੜੀ ਔਰਤ ਸੀਗੀ ਉਹਦੇ ਕੋਈ ਤੇਜ਼ ਤਾਰ ਹਥਿਆਰ ਨਾਲ ਸੱਟਾਂ ਮਾਰ ਗਏ ਸੀ ਕੋਈ, ਜਿਸ 'ਤੇ ਉਹਦੇ ਬੇਟੇ ਕਾਕਾ ਸਿੰਘ ਦੇ ਬਿਆਨ 'ਤੇ ਨਾਮਲੂ ਦੇ ਖਿਲਾਫ਼ FIR ਨੰਬਰ 62 ਅੰਡਰ ਸੈਕਸ਼ਨ 302 ਥਾਣਾ ਬਰੀਵਾਲਾ ਮੁਕੱਦਮਾ ਦਰਜ ਹੋਇਆ। ਮੁਕੱਦਮਾ ਦਰਜ ਹੋਣ ਤੋਂ ਬਾਅਦ ਜਿਹੜੀ ਇਹਦੀ ਇਨਵੈਸਟੀਗੇਸ਼ਨ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਜਿਹੜਾ ਇਹਦਾ ਕਤਲ ਆ ਇਹਦੇ ਪਤੀ ਨੇ ਹੀ ਕੀਤਾ ਹੈਗਾ, ਸੋਹਣ ਸਿੰਘ ਨੇ, ਅਤੇ ਜਿਹਨੂੰ ਅੱਜ ਅਸੀਂ ਗ੍ਰਿਫਤਾਰ ਕਰ ਲਿਆ ਹੈਗਾ। ਗ੍ਰਿਫਤਾਰ ਕਰਕੇ ਅੱਗੇ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈਗੀ ਆ। ਕਤਲ ਕਰਨ ਦਾ ਕਾਰਨ ਜਿਹੜਾ ਹੈਗਾ, ਇਹਦੇ ਪਤੀ ਨੂੰ ਆਪਣੀ ਪਤਨੀ 'ਤੇ ਸ਼ੱਕ ਸੀ ਵੀ ਇਹਦੇ ਕਿਸੇ ਨਾਲ ਨਜਾਇਜ਼ ਸੰਬੰਧ ਹੈਗੇ ਆ। ਉਹਨੇ ਇੱਕ ਤਾਂ ਕੁਹਾੜੀ, ਇੱਕ ਕੈਂਚੀ ਹੈਗੀ ਜਿਹੜੇ ਮਤਲਬ ਕਿ ਉਹਦੇ ਮਾਰੀਆਂ ਹੈਗੀਆਂ, ਉਹ ਸਾਨੂੰ ਬਰਾਮਦ ਵੀ ਹੋ ਗਿਆ। ਇਹ ਜਿਹੜਾ ਹੈਗਾ ਜੀ, ਸੋਹਣ ਸਿੰਘ ਇੱਕ ਵਾਰੀ ਤਾਂ ਮੌਕੇ ਤੋਂ ਫਰਾਰ ਹੋ ਗਿਆ ਸੀਗਾ, ਭੱਜ ਗਿਆ ਸੀਗਾ। ਹੁਣ ਉਹ ਜਦੋਂ ਉਹਨੂੰ ਪਤਾ ਲੱਗਾ ਵੀ ਮੇਰਾ ਸਾਰਾ ਕੁਛ ਪਤਾ ਲੱਗ ਚੁੱਕਿਆ ਵਾ ਇਹ ਗੱਲ ਦਾ ਹੈਗਾ, ਤਾਂ ਫਿਰ ਉਹ ਮੁਤਬਰ ਬੰਦਾ ਲੈ ਕੇ ਆਪ ਹੀ ਸਾਡੇ ਕੋਲ ਪੇਸ਼ ਹੋ ਗਿਆ ਸੀ। ਗੁਰਪਿਆਰੇ, ਅਜੋਕੇ ਸਮੇਂ ਵਿੱਚ ਅਸੀਂ ਕਿਸੇ ਉੱਤੇ ਵੀ ਭਰੋਸਾ ਨਹੀਂ ਕਰ ਸਕਦੇ, ਪਰ ਪਤੀ ਪਤਨੀ ਦਾ ਰਿਸ਼ਤਾ ਇੱਕ ਅਜਿਹਾ ਰਿਸ਼ਤਾ ਹੁੰਦਾ ਹੈ ਜਿਸ ਦੇ ਵਿੱਚ ਅਕਸਰ ਕਿਹਾ ਜਾਂਦਾ ਹੈ ਕਿ ਗੱਡੀ ਦੋਹੇ ਚੱਕਿਆਂ ਦੀ ਰਫ਼ਤਾਰ ਜੇ ਬਰਾਬਰ ਹੋਵੇ ਤਾਂ ਹੀ ਚੱਲਦੀ ਹੈ। ਜੇਕਰ ਦੋਨਾਂ ਵਿੱਚੋਂ ਇੱਕ ਵੀ ਚੱਕਾ ਰੁਕ ਜਾਵੇ ਤਾਂ ਅਜਿਹੇ ਰਿਸ਼ਤੇ ਘੜੀਸਣੇ ਔਖੇ ਹੋ ਜਾਂਦੇ ਨੇ। ਪਰ ਜਦੋਂ ਉਮਰ ਲੰਘ ਜਾਂਦੀ ਹੈ, ਬੱਚੇ ਵਿਆਹੇ ਜਾਂਦੇ ਨੇ, ਉਸ ਤੋਂ ਬਾਅਦ ਬੱਚਿਆਂ ਦਾ ਫਰਜ਼ ਬਣਦਾ ਹੈ ਕਿ ਬਜ਼ੁਰਗਾਂ ਨੂੰ ਆਪਣੀਆਂ ਨਜ਼ਰਾਂ ਦੇ ਸਾਹਮਣੇ ਹੀ ਰੱਖਿਆ ਜਾਵੇ, ਕਿਉਂਕਿ ਬੁਢੇਪੇ ਦੀ ਉਮਰ ਦੇ ਵਿੱਚ ਬਜ਼ੁਰਗਾਂ 'ਚ ਕਈ ਵਾਰ ਬਚਪਨਾ ਵੀ ਆਉਣਾ ਸ਼ੁਰੂ ਹੋ ਜਾਂਦਾ ਹੈ ਅਤੇ ਉਹਨਾਂ ਦੀਆਂ ਕਈ ਵਾਰ ਹਰਕਤਾਂ ਅਜਿਹੀਆਂ ਹੋ ਜਾਂਦੀਆਂ ਨੇ ਜਿਸ ਨੂੰ ਅਸੀਂ ਸਮਝ ਨਹੀਂ ਸਕਦੇ ਅਤੇ ਬਜ਼ੁਰਗਾਂ ਨੂੰ ਬੱਚਿਆਂ ਵਾਂਗ ਸਾਂਭਣਾ ਪੈਂਦਾ ਹੈ। ਅਤੇ ਕਈ ਅਜਿਹੇ ਵੀ ਹੁੰਦੇ ਨੇ ਜੋ ਅਜਿਹੀਆਂ ਘਟਨਾਵਾਂ ਨੂੰ ਬੇਮਤਲਬ ਅੰਜਾਮ 'ਤੇ ਦਿੰਦੇ ਨੇ,
ਜਿਸ ਨੂੰ ਕਿਸੇ ਨੇ ਕਦੇ ਸੋਚਿਆ ਵੀ ਨਹੀਂ ਹੁੰਦਾ, ਜਿੱਦਾਂ ਇਸ ਪਰਿਵਾਰ ਵਿੱਚ ਹੋਇਆ। ਹੁਣ ਵੇਖਣਾ ਇਹ ਹੋਵੇਗਾ ਕਿ ਰਿਮਾਂਡ ਤੋਂ ਬਾਅਦ ਅੱਗੇ ਹੋਰ ਕੀ ਵੱਡੇ ਖੁਲਾਸੇ ਹੁੰਦੇ ਨੇ। ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ, ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਗੁਰਬਾਣੀ ਅਖੰਡ ਬਾਣੀ ਵਾਸਤੇ ਸ਼੍ਰੀ ਮੁਕਤਸਰ ਸਾਹਿਬ ਤੋਂ ਸੋਨੀ ਡੱਲਾ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ।